ਅਸਲਾਮੁਅਲੈਕਮ ਕੀ ਹਾਲ ਚਾਲ ਆ ਵਿਵਰਡਸ ਅੱਜ ਮੈਂ ਤੁਹਾਨੂੰ ਬਹੁਤ ਪਿਆਰੀ ਫਰੌਗ ਦੇ ਉੱਪਰ ਸਿੰਪਲ ਜੀ ਫਰੌਗ ਆ ਡਬਲ ਅੰਬ੍ਰੇਲਾ ਇਹਦੇ ਉੱਪਰ ਮੈਂ ਤੁਹਾਨੂੰ ਬੰਚ ਦੀ ਸੈਟਿੰਗ ਸਿਖਾਉਂਗੀ ਆਹ ਬਿਲਕੁਲ ਸਿੰਪਲ ਜਿਹਾ ਬੰਚ ਵਾ ਇਹਨੂੰ ਅਸੀਂ ਜੇ ਇਸ ਤਰ੍ਹਾਂ ਸਾਡਾ ਦਿਲ ਕਰੇਗਾ ਇਹਨੂੰ ਅਸੀਂ ਉਸ ਤਰ੍ਹਾਂ ਹੀ ਅਟੈਚ ਕਰ ਲਵਾਂਗੇ ਅਗਰ ਇਸ ਨੂੰ ਕਟਿੰਗ ਕਰਕੇ ਸੈੱਟ ਕਰਨਾ ਚਾਹੁੰਦੇ ਆਂ ਤੇ ਅਸੀਂ ਇਹਨੂੰ ਕਟਿੰਗ ਕਰਕੇ ਸੈੱਟ ਕਰਾਂਗੇ ਲੇਕਿਨ ਮੇਰੇ ਹਿਸਾਬ ਨਾਲ ਇਸ ਬੰਚ ਦੀ ਕਟਿੰਗ ਨਹੀਂ ਹੋਏਗੀ ਕਿਉਂਕਿ ਆਹ ਬੰਚ ਵੈਸੇ ਹੀ ਬਹੁਤ ਪਿਆਰਾ ਲੱਗ ਰਿਹਾ ਵਾ ਜੇ ਦੀ ਫਰੌਗ ਆ ਇਹ ਸ਼ਾਰਟ ਫਰੌਗ ਆ ਸਾਡੀ ਬੱਚੀ ਥੋੜੀ ਬੜੀ ਆ ਐਸਲੀ ਅਸੀਂ ਨੂੰ ਸ਼ਾਰਟ ਫਰੌਗ ਦਾ ਲੁੱਕ ਦੇ ਰਹੇ ਆ ਔਰ ਨਾ ਅਸੀਂ ਨੂੰ ਇੱਥੇ ਬੈਲਟ ਦੇ ਤੌਰ ਤੇ ਨਹੀਂ ਯੂਜ਼ ਕਰਾਂਗੇ ਮਤਲਬ ਅਕਸਰ ਇੱਥੇ ਬੈਲਟ ਦੀ ਜਗ੍ਹਾ ਤੇ ਲੱਗਾ ਹੁੰਦਾ ਵਾ ਵਾਲਾ ਬੰਚ ਨਾ ਤੇ ਫਿਰ ਅਸੀਂ ਨੂੰ ਨਹੀਂ ਇਸ ਜਗ੍ਹਾ ਤੇ ਅਟੈਚ ਕਰਾਂਗੇ ਇਹਨੂੰ ਅਸੀਂ ਇਸ ਜਗ੍ਹਾ ਤੇ ਅਟੈਚ ਕਰਾਂਗੇ ਇਸ ਜਗ੍ਹਾ ਤੇ ਰੱਖਾਂਗੇ ਇਹਦੇ ਨਾਲ ਇਹਦੀ ਸ਼ੇਪ ਬਹੁਤ ਪਿਆਰੀ ਆਏਗੀ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਇਨਸ਼ਾਅੱਲਾ ਤਾਲਾ ਤੁਹਾਨੂੰ ਮੈਂ ਕਟਿੰਗ ਕਰ ਕਰਕੇ ਵੀ ਬੰਚ ਬੰਚੀਜ਼ ਵਗੈਰਾ ਸੈੱਟ ਕਰਨਾ ਸਿਖਾਉਂਗੀ ਇਨਸ਼ਾਅੱਲਾ ਔਰ ਬਹੁਤ ਸਾਰੇ ਤਰੀਕੇ ਹਨ ਇਹ ਬੰਚ ਲੱਗ ਸਕਦਾ ਵਾ ਇੱਕ ਲੁੱਕ ਅਗਰ ਅਸੀਂ ਲਗਾਉਣਾ ਚਾਹੀਏ ਬੰਚ ਦੀ ਤੇ ਇੱਕ ਲੁੱਕ ਅਸੀਂ ਇੱਥੇ ਵੀ ਐਡ ਕਰ ਸਕਦੇ ਆ ਆ ਦੇਖੋ ਅਸੀਂ ਇਹਨੂੰ ਘੇਰ ਤੇ ਸੈੱਟ ਕਰ ਸਕਦੇ ਆ ਔਰ ਇਸ ਜਗ੍ਹਾ ਤੇ ਫਿਰ ਅਸੀਂ ਬੇਲ ਇਆ ਕੋਈ ਬੈਲਟ ਵਗੈਰਾ ਏਦਾਂ ਅਟੈਚ ਕਰ ਲਾਂਗੇ। ਇਹਦਾ ਘੇਰ ਦੇਖੋ, ਇਹਦਾ ਘੇਰ ਬਹੁਤ ਖੂਬਸੂਰਤ ਹੈ ਔਰ ਇਹਦੇ ਕਿਰਚ ਬਿਲਕੁਲ ਸਿਲਾਈ ਨਹੀਂ ਹੈ। ਇਸ ਕਿਰਚ ਦੇ ਵਿੱਚ। ਕਿਉਂਕਿ ਆ ਦੇਖੋ ਜਿੰਨੀਆਂ ਫਰਾਕਸ ਵਗੈਰਾ ਨਾਲ ਸਭ ਮਾਸ਼ਾਅੱਲਾ ਘੇਰ ਦੀ ਵਜ੍ਹਾ ਤੋਂ ਹੀ ਪਸੰਦ ਕੀਤੀਆਂ ਜਾਂਦੀਆਂ ਵਾ। ਪਰ ਇਹਦਾ ਖੂਬਸੂਰਤ ਘੇਰ ਆ ਦੇਖੋ ਤੁਹਾਡੇ ਸਾਹਮਣੇ ਆ। ਔਰ ਇਹਦੇ نیچے ਜਿਹੜੀ ਹੈਗੀ ਆ ਉਹ ਘੇਰ ਵਾਲੀ ਸ਼ਲਵਾਰਾ ਸ਼ਾਰਟ ਫਰਾਕ ਦੇ ਨਾਲ ਘੇਰ ਵਾਲੀ ਸ਼ਲਵਾਰ ਬਹੁਤ ਖੂਬਸੂਰਤ ਲੱਗਦੀ ਆ। ਲੇਕਿਨ ਇਹ ਆ ਕਿ ਬੱਚੀ ਦੀ ਫਰਮਾਇਸ਼ ਆ ਕਿ ਮੈਨੂੰ ਪੇਟੀ ਤੇ ਹੀ ਅਟੈਚ ਕਰਕੇ ਦਵੋ ਤੇ ਫਿਰ ਅਸੀਂ ਨੂੰ ਹੁਣ ਪੇਟੀ ਤੇ ਹੀ ਅਟੈਚ ਕਰਾਂਗੇ। ਲੇਕਿਨ ਮੈਨੂੰ ਆਹ ਬੰਚ ਇਦਾਂ ਅੱਛਾ ਨਹੀਂ ਲੱਗ ਰਿਹਾ ਤੇ ਫਿਰ ਮੈਂ ਹੁਣ ਇਸ ਬੰਚ ਦੀ ਕਟਿੰਗ ਕਰੂੰਗੀ। ਇਹਦੀਆਂ ਪੱਤੀਆਂ ਵਗੈਰਾ ਕਟਿੰਗ ਕਰਕੇ ਫਿਰ ਮੈਂ ਇਹਨੂੰ ਥੋੜਾ ਜਿਹਾ ਆਪਣੀ ਮਰਜ਼ੀ ਦੇ ਨਾਲ ਪਤਲਾ-ਪਤਲਾ ਸੈੱਟ ਕਰ ਦੂੰਗੀ ਕਿਉਂਕਿ ਬੱਚੀ ਸਾਡੀ ਵੀਕ ਆ ਤੇ ਬੰਚ ਸਾਨੂੰ ਬੜਾ ਲੱਗ ਰਿਹਾ ਵਾ ਇਸ ਕਰਕੇ ਫਿਰ ਅਸੀਂ ਇਸ ਬੰਚ ਦੀ ਹੁਣ ਕਟਿੰਗ ਕਰਕੇ ਇਹਨੂੰ ਅਸੀਂ ਜਰਾ ਦੂਸਰਾ ਲੋਕ ਕਰ ਦਵਾਂਗੇ ਥੋੜਾ ਜਿਹਾ ਬੰਚ ਨੂੰ ਮਜ਼ੀਦ ਥੋੜਾ ਜਿਹਾ ਸੈਟਿੰਗ ਕਰ ਦਵਾਂਗੇ ਦੇਖੋ ਹਾਂ ਇਹਦੇ ਨਾਲ ਥੋੜਾ ਜਿਹਾ ਪਤਲਾ ਹੋਰ ਲੰਬਾ ਜਿਹਾ ਲੁੱਕ ਆ ਗਿਆ ਦੇਖੋ ਆਹ ਦੇਖੋ ਪੱਤਿਆਂ ਵਾਂ ਪੱਤਿਆਂ ਤੁਸੀਂ ਅਟੈਚ ਕਰਨਾ ਚਾ ਰਹੇ ਹੋ ਛੜਾ ਤੁਹਾਡਾ ਜਿੱਦਾ ਦਿਲ ਕਰ ਰਿਹਾ ਤੁਸੀਂ ਉਸ ਹਿਸਾਬ ਨਾਲ ਇਹਨੂੰ ਕਰ ਲਓ ਇਸ ਜਗ੍ਹਾ ਤੇ ਵੀ ਆਹ ਪੱਤੀ ਅੱਛੀ ਲੱਗ ਰਹੀ ਆ ਅਗਰ ਅਸੀਂ ਅੰਗ ਰੱਖੇ ਟਾਈਪ ਕਰਨਾ ਚਾ ਰਹੇ ਹਾਂ ਤੇ ਅਸੀਂ ਇਸ ਤਰ੍ਹਾਂ ਵੀ ਪੱਤੀ ਰੱਖ ਲਵਾਂਗੇ ਅਸੀਂ ਇਹਨੂੰ ਠਾ ਕੇ ਇਸ ਜਗ੍ਹਾ ਤੇ ਉੱਪਰ ਲੈ ਆਵਾਂਗੇ ਬਸ ਥੋੜਾ ਜਿਹਾ ਦਿਮਾਗ ਲਗਾਉਣ ਦੀ ਜ਼ਰੂਰਤ ਆ ਬਹੁਤ ਪਿਆਰੀਆਂ ਬਹੁਤ ਅੱਛੀਆਂ ਚੀਜ਼ਾਂ ਤੁਹਾਡੀਆਂ ਇਹਨਾਂ ਬੰਚਾਂ ਦੇ ਨਾਲ ਬਣ ਜਾਣੀਆਂ ਦੇਖੋ ਇੱਕ ਲੁੱਕ ਆ ਵੀ ਸਾਨੂੰ ਅੱਛਾ ਲੱਗ ਰਿਹਾ ਵਾ ਅਸੀਂ ਇਹਦੇ ਨਾਲ ਵੀ ਕਰ ਲਾਂਗੇ ਜਿੱਧਰ ਨੂੰ ਸਾਡਾ ਦਿਲ ਕਰੇਗਾ ਅਸੀਂ ਉਧਰ ਨੂੰ ਇਸ ਬੰਚ ਦੀ ਸੈਟਿੰਗ ਕਰ ਲਵਾਂਗੇ ਸਾਨੂੰ ਅੱਛਾ ਲੱਗ ਰਿਹਾ ਆ ਆ ਵੀ ਚੀਜ਼ ਬਹੁਤ ਪਿਆਰੀ ਲੱਗ ਰਹੀ ਆ ਅਗਰ ਅਸੀਂ ਨੂੰ ਥੋੜਾ ਜਿਹਾ ਚੇਂਜ ਕਰਨਾ ਚਾਹੁੰਦੇ ਆ ਕਿ ਸਾਡਾ ਬੰਥ ਥੋੜਾ ਜਿਹਾ ਚੇਂਜ ਹੋ ਜਾਵੇ ਤੇ ਅਸੀਂ ਕਿਉਂਕਿ ਇਸ ਜਗ੍ਹਾ ਤੇ ਦੁਪੱਟਾ ਆ ਜਾਏਗਾ ਸਾਡਾ ਫਿਰ ਉਹ ਸਾਈਡ ਤੇ ਅਸੀਂ ਨੂੰ ਸੈੱਟ ਕਰਾਂਗੇ ਤੇ ਆ ਦੇਖੋ ਇਦਾਂ ਵੀ ਸਾਡਾ ਬੰਚ ਸੈੱਟ ਹੋ ਜਾਏਗਾ ਦੇਖੋ ਇਸ ਸਟਾਈਲ ਦਾ ਸਟਾਈਲ ਹੋ ਗਿਆ ਖੂਬਸੂਰਤ ਦਾ ਖੂਬਸੂਰਤ ਹੋ ਗਿਆ ਬਸ ਥੋੜਾ ਜਿਹਾ ਦਿਮਾਗ ਲਗਾਉਣ ਦੀ ਜ਼ਰੂਰਤ ਆ ਜਿੱਧਰ ਨੂੰ ਸਾਡਾ ਦਿਲ ਕਰੇਗਾ ਅਸੀਂ ਉਧਰ ਨੂੰ ਇਹਨੂੰ ਸੈੱਟ ਕਰ ਦੇਵਾਂਗੇ ਹੁਣ ਇਸ ਜਗ੍ਹਾ ਤੇ ਉਹ ਹਲਕਾ ਹਲਕਾ ਸਿਤਾਰਾ ਵਗੈਰਾ ਲਗਾ ਲਏਗੀ ਔਰ ਆਰਾਮ ਦੇ ਨਾਲ ਕਿਸੇ ਵੀ ਇਵੈਂਟ ਤੇ ਪੈਨ ਹੋ ਜਾਏਗਾ ਦੇਖੋ ਮਾਸ਼ਾਅੱਲਾ ਕਿੰਨਾ ਖੂਬਸੂਰਤ ਔਰ ਕਿੰਨਾ ਖੂਬਸੂਰਤ ਔਰ ਹਸੀਨ ਲੁੱਕ ਆ ਰਿਹਾ ਬਹੁਤ ਸਾਰੀਆਂ ਦੁਆਵਾਂ ਵਿੱਚ ਯਾਦ ਰੱਖਿਓ ਅੱਲਾ ਹਾਫਿਜ਼